ਦਿਲ ਕਿਹੜੇ ਪਾਸੇ ਹੁੰਦਾ? ਉਹ ਤਾਂ ਆਪੇ ਦੱਸ ਹੀ ਦਿੱਤਾ, ਕੁਝ ਹੋਰ ਨਹੀਂ ਗੱਲ, ਮੇਰੀ ਗੱਲ ਨਹੀਂ ਗੱਲ, ਐਵੇਂ ਕਮੈਂਟ 'ਚ ਐਵੇਂ ਦੱਸਾਂ, ਹਾਏ ਮੈਂ ਮਰ ਜਾਵਾਂ, ਹਾਏ ਹਾਏ ਤੂੰ ਇਹ ਚੱਕਲਾ ਚੱਕ ਲਿਆ ਆ? ਹਾਂ ਇਹ ਤੇ ਵੀ ਆ ਲਓ ਜੀ, ਚੱਕਲਾ ਚੱਕ ਲਿਆ ਆ ਤਾਂ, ਲੈ ਦੇਖ ਲਓ ਵੇਲ ਲਾ ਲੈ, ਤੇ ਫਿਰ ਤੂੰ ਰੋਟੀਆਂ ਵੇਲਣ ਵਾਲੇ ਵੇਲ ਨਾ ਲਿਆਉਂਦਾ, ਤੇਰੇ ਵੇਲ ਨਾਲ ਕੀ ਵੇਲ ਲਿਆ ਜਾਊਗਾ, ਤੂੰ ਵੇਲ ਨਾ ਵੀ ਦੂਜਾ ਚੱਕ ਲੈ ਜੀ, ਨਾ ਟਾਈਟ ਹੈ ਇਹਨਾਂ, ਇਹਨੂੰ ਫਲੋਣਾ ਪੈ ਜੀ, ਹੁੰਦੀ ਦੋਨੇ ਪਾਸੇ ਖੁੱਲੀਆਂ ਹੁੰਦੀਆਂ ਤੇ ਉਹਨਾਂ ਨੂੰ ਉੱਤੇ ਪਾ ਦਿੰਦੇ ਸੀਗੇ ਰਬੜ, ਰਬੜ ਪਾ ਦਿੰਦੇ ਉੱਤੇ ਤੇ ਬਸ ਉਹ ਗਲੇਲਾ ਲੈ ਕੇ ਫਿਰਦੇ ਰਹਿੰਦੇ, ਆਹ ਤਾਂ ਖੇਡਾਂ ਹੁੰਦੀਆਂ ਸੀ, ਆਹ ਕਿੱਥੇ ਹੁੰਦੀਆਂ ਸੀਗੀਆਂ, ਹੁਣ ਤਾਂ ਇਹਨਾਂ ਦੇ ਨਾਂ ਹੀ ਨਹੀਂ ਆਉਂਦੇ ਹੈਗੇ, ਹੁਣ ਇਹ ਤਾਂ ਬਣਾ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅੱਜ ਅਸੀਂ ਲੈ ਕੇ ਆਏ ਸੀ ਕਲੇ, ਮੈਂ ਲੈ ਕੇ ਆਇਆ ਸੀ ਕਲੇ, ਤੇ ਆਹ ਦੇਖੋ ਜੀ ਆਹ ਲਿਆਇਆ ਸੀ ਅਨਮੋਲ ਕਲੇ, ਤੇ ਭਾਈ ਸਾਡੇ ਵੇਲੇ ਤਾਂ ਹੁੰਦੇ ਸੀਗੇ ਦੇਖੀ ਨਾ ਡੀਟੇ, ਤੇ ਕੀ ਕਹਿੰਦੇ ਹੁੰਦੇ ਕੰਚ ਦੀਆਂ ਗੋਲੀਆਂ, ਤੇ ਉਹ ਡੀਟੇ ਵੀ ਪਤਾ ਜਿਨ੍ਹਾਂ ਦੇ ਬਜਰੀ ਕਿਤੇ ਢੇਰੀ ਕੀਤੀ ਹੁੰਦੀ ਨਾ ਤੇ ਉੱਥੇ ਭਾਲਣ ਜਾਂਦੀਆਂ, ਵੀ ਡੀਟੇ ਲੈ ਗਏ ਉੱਥੋਂ ਗੋਲ ਗੋਲ ਘੜ ਕੇ ਤੇ ਫਿਰ ਖੇਡਾਂ ਗੀਆਂ ਹਨਾ, ਤੇ ਕੰਚ ਦੀਆਂ ਗੋਲੀਆਂ ਤੇ ਗੋਲੀਆਂ ਨਾਲ ਖੇਡਦੇ, ਤੇ ਅੱਜ ਕੱਲ੍ਹ ਦੇ ਜਵਾਕ ਦੇਖ ਲਓ ਲੈ ਆਹ ਲਿਆਇਆ ਚੱਕ, ਹੁਣ ਮੈਨੂੰ ਤਾਂ ਐਂ ਨਹੀਂ ਪਤਾ ਵੀ ਇਹਦਾ ਬਣਨਾ ਕੀ ਹੈ, ਇਹਦਾ ਕਰੇਗਾ ਕੀ ਤੂੰ ਹੁਣ? ਪਹਿਲਾਂ ਆਹ ਕੱਢੂੰਗਾ ਕਲੇ, ਫਿਰ ਬਾਈ ਨੂੰ ਇਹਦੇ ਨਾਲ, ਚਲੋ ਆਪਾਂ ਕੱਢ ਕੇ ਦੇਖ ਲੂੰਗਾ, ਇੱਕ ਮਿੰਟ ਤੂੰ ਖੜਤਾ, ਇੱਕ ਤਾਂ ਤੂੰ ਨਾ ਐਡਵਾਂਸ ਵਾਲਾ ਚੱਲ ਜਾਣਾ, ਇਹਨੂੰ ਕਿੱਥੋਂ ਖੁੱਲੂਗਾ ਇਹ, ਹੁਣ ਇਹਨੂੰ ਕੀ ਕਹਿੰਦੇ ਗਲੇ? ਹਾਂ ਕਲੇ ਕਲੇ, ਅੱਛਾ ਕਲੇ, ਮੈਂ ਤਾਂ ਕਹ ਕਿਤੇ ਗਲੇ ਕਹਿੰਦੇ ਆ ਭਾਈ, ਇਹਨਾਂ ਤੁਹਾਡਾ ਦਿਮਾਗ ਕਮਜ਼ੋਰ ਹੈ? ਨਹੀਂ ਦਿਮਾਗ ਤਾਂ ਮੇਰਾ ਸਹੀ ਹੈ, ਮੈਨੂੰ ਨਾ ਪਰ ਸਾਨੂੰ ਆ ਸਾਡੇ ਵੇਲੇ ਤਾਂ ਕਲੇ ਕਲੂ ਤੇਰੇ ਹੁੰਦੀ ਨਹੀਂ ਸੀਗੀ, ਹੁੰਦੀ ਨਹੀਂ ਸੀਗੀ, ਹੁਣ ਨਾ ਅਸੀਂ ਤਾਂ ਜੇ ਕਿਤੇ ਲਿਆਉਂਦੇ ਕੋਈ ਗੂੰਦ ਦੀ ਸੀਸੀ ਲਿਆਉਂਦੇ, ਆ ਪਹਿਲੀ ਵਾਰ ਲੈ ਕੇ ਆਏ ਨਾ, ਅੱਛਾ ਲੈ ਛੱਡ 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 ਛੱਡ, ਹੁਣ ਇਹਦਾ ਕੀ ਕਰੂਗਾ ਲੈ ਦੱਸ, ਆ ਭਾਈ ਹੁਣ ਤੁਹਾਨੂੰ ਆਹ ਕਰਦੇ ਆ ਕੁਛ ਦਿਖਾਉਣੇ ਆ ਬਣਾ ਕੇ, ਤੁਸੀਂ ਬੈਠੇ ਰਹੋ ਕਿ ਰੱਖ, ਤੁਸੀਂ ਭਾਈ ਉਹ ਵੀਡੀਓ ਛੱਡ ਕੇ ਸਾਡੀ ਭੱਜ ਜਿਓ, ਹੁਣ ਬਣਨ ਲੱਗੀ ਆ ਕਲੇ ਵਾਲੇ ਚਕਲਾ, ਵੇਲ ਨਾਲ ਰੋਟੀ ਵੇਲ ਲਾਂਗੇ ਆਪਾਂ, ਐਵੇਂ ਨਹੀਂ ਨਹੀਂ ਹੈ, ਕਲੇ ਵਾਸਤੇ ਹੁੰਦਾ, ਵੱਟੀ ਵਾਸਤੇ ਥੋੜੀ ਨਾ ਹੁੰਦਾ, ਹਾਂ ਵੱਟੀ ਤੇ ਕੰਮ ਵੀ ਆ ਜਾਂਦਾ, ਖੜ ਜਾ ਖੜ ਜਾ, ਮੈਂ ਖੋਲ ਕੇ ਦਿੰਨੀ ਆ, ਮੈਂ ਖੋਲ ਕੇ ਦਿੰਨੀ ਤੈਨੂੰ, ਹਾਂ ਹੈਗਾ ਸ਼ੇਪ, ਇੱਕ ਦਿਲ ਦਾ, ਇੱਕ ਤਾਂ ਦਿਲ ਦਾ, ਅੱਛਾ ਅੱਛਾ ਆ ਤਾਂ ਖੁੱਲ ਗਿਆ, ਆ ਤਾਂ ਗੱਲ ਸੁਣ, ਆ ਗੱਲ ਸੁਣ ਮੇਰੀ, ਮੇਰੀ ਗੱਲ ਤਾਂ ਬਟਰਫਲਾਈ, ਮੇਰੀ ਗੱਲ ਸੁਣ, ਆ ਤਾਂ ਖੁੱਲ ਗਿਆ, ਹੁਣ ਇਹਦਾ ਕੀ ਕਰਨਾ? ਇਹਦਾ ਨਾ ਇੱਕ ਕੱਢਣਾ, ਇੱਕ ਕੱਢਣਾ ਬਲੈਕ ਕਲਰ ਕੱਢਦਾ ਇਹਨੇ ਵੈਸੇ ਵੀ, ਚਲ ਕੋਈ ਕੱਢ ਲਾ, ਆਪਾਂ ਤਾਂ ਬਣਾ ਕੇ ਦਿਖਾਉਣਾ, ਵੀ ਭਾਈ ਸਾਨੂੰ ਵੀ ਆਹ ਆਉਂਦਾ ਹੈਗਾ ਬਣਾਉਣਾ, ਇਹ ਸਾਨੂੰ ਵੀ ਆਉਂਦਾ ਹੈਗਾ ਬਣਾਉਣਾ, ਨਹੀਂ ਇਹ ਬੇਲਣ ਵਾਸਤੇ ਕੋਈ ਹੋਰ ਜਗ੍ਹਾ ਚਾਹੀਏ, ਇੱਥੇ ਤਾਂ ਲੈ ਜਾ ਤੂੰ, ਲਿਆ ਚੱਕ ਕੇ ਕੁਛ ਵੇਲਣ ਵਾਸਤੇ, ਜਾ ਭੱਜ ਕੇ ਜਾ, ਹੁਣ ਅਨਮੋਲ ਗਿਆ ਜੀ ਆਹ ਵੇਲਣ ਵਾਸਤੇ, ਅਨਮੋਲ ਦੀਆਂ ਗੱਲਾਂ ਦੇਖ ਲਓ ਤੁਸੀਂ, ਆਹ ਮੈਨੂੰ ਦੇ ਗਿਆ ਕਹਿੰਦਾ ਮੈਂ ਲਿਆਉਣਾ ਵੇਲਣ ਵਾਸਤੇ, ਹੁਣ ਪਤਾ ਨਹੀਂ ਕੀ ਲਿਆਊਗਾ ਇਹ ਵੇਲਣ ਵਾਸਤੇ, ਤੇ ਆਹ ਪਤਾ ਨਹੀਂ ਭਾਈ ਕਿਹੜੇ ਕਲੇ ਹੁੰਦੇ ਸੀ, ਅੱਗੇ ਤਾਂ ਕੰਚ ਦੀਆਂ ਗੋਲੀਆਂ ਹੁੰਦੀਆਂ ਸੀਗੀਆਂ, ਹਾਏ ਮੈਂ ਮਰ ਜਾਵਾਂ, ਹਾਏ ਹਾਏ ਤੂੰ ਇਹ ਚੱਕਲਾ ਚੱਕ ਲਿਆ ਆ? ਹਾਂ ਇਹ ਤੇ ਵੀ, ਆ ਲਓ ਜੀ ਚੱਕਲਾ ਚੱਕ ਲਿਆ ਆ ਤਾਂ, ਲੈ ਦੇਖ ਲਓ ਵੇਲ ਲਾ ਲੈ, ਤੇ ਫਿਰ ਤੂੰ ਰੋਟੀਆਂ ਵੇਲਣ ਵਾਲੇ ਵੇਲ ਨਾਲ ਲਿਆਉਂਦਾ, ਤੇਰੇ ਵੇਲ ਨਾਲ ਕੀ ਵੇਲ ਲਿਆ ਜਾਊਗਾ, ਤੂੰ ਵੇਲ ਨਾ ਵੀ ਦੂਜਾ ਚੱਕ ਲੈ ਜੀ, ਨਾ ਟਾਈਟ ਹੈ ਇਹਨਾਂ, ਇਹਨੂੰ ਫਲੋਣਾ, ਇਹਨੂੰ ਫਲੋਣਾ ਬੁੱਬਾ, ਅੱਛਾ ਲੈ ਤਾਂ ਮੈਂ ਕਰ ਦਿੰਨੀ ਆ, ਓਹੋ ਇਹ ਤਾਂ ਭਾਈ ਇਹਦਾ ਬਣੂਗਾ ਕੀ ਉਹ ਤਾਂ ਦੱਸ ਦੇ ਮੈਨੂੰ, ਆ ਸ਼ੇਪ ਰੱਖਾਂਗੇ ਫਿਰ ਉਸ ਸਾਈਡ ਸਾਈਡ ਤੋਂ ਉਤਾਵਾਂਗੇ, ਫਿਰ ਇਹਦਾ ਸ਼ੇਪ ਬਣ ਜੂ,
ਆ ਲੋ ਜੀ ਤੁਹਾਨੂੰ ਕੁਛ ਨਾ ਕੁਛ ਜ਼ਰੂਰ ਬਣਾ ਕੇ ਦਿਖਾਵਾਂਗੇ, ਤੁਸੀਂ ਬਣੇ ਰਹੋ ਵੀਡੀਓ ਨਾਲ, ਛੱਡ ਕੇ ਨਾ ਭੱਜ ਜਿਓ ਭਾਈ, ਮਸਾ ਸਾਡਾ ਅਨਮੋਲ ਬਣਾਉਣ ਲੱਗਿਆ ਹੋਏਗਾ। ਆ ਦੇਖੋ ਕੀ ਕੁਛ ਇਹ ਕਹਿੰਦਾ, ਮੇਰੇ ਵੀ ਲਾਓ ਤੁਸੀਂ ਉਵੇਂ, ਇਹ ਉਵੇਂ ਸਾਰੇ ਢਾਣਸ ਕਰਕੇ ਤੇ ਫਿਰ ਲੱਗਿਆ ਜੀ। ਆ ਦੇਖੋ ਤੁਸੀਂ ਥੱਲੇ ਕਰੋ, ਥੱਲੇ ਕਰੋ ਪੁੱਤ, ਥੱਲੇ ਕਰੋ, ਆ ਲਓ ਜੀ ਮਾਈਕ ਵਗੈਰਾ ਲਾ ਕੇ। ਅੱਛਾ ਅੱਛਾ, ਮੈਨੂੰ ਪਤਾ ਚੱਲ ਗਿਆ, ਪਤਾ ਚੱਲ ਗਿਆ ਭਾਈ ਭਾਈ ਭਾਈ, ਇਕੱਲੇ ਨਹੀਂ ਹੈ, ਕੁਛ ਹੋਰ ਵੀ ਲੱਗੀ ਜਾਂਦਾ। ਗੇੜ ਵੀ ਨੀ ਗਾ ਵੀ ਹੁੰਦਾ ਕੀ ਹੁੰਦਾ ਭਾਈ, ਕੁਛ ਨਾ ਕੁਛ ਤਾਂ ਬਣਾ ਲੂਗਾ। ਮੈਂ ਕਹਿੰਦੀ ਹਾਂ ਕੋਈ ਨਾ ਕੋਈ ਚੀਜ਼ ਤਾਂ ਤੁਹਾਨੂੰ ਜ਼ਰੂਰ ਬਣਾ ਕੇ ਦਿਖਾਵਾਂਗੇ, ਸਾਰੀਆਂ ਚੀਜ਼ਾਂ ਬਣਾਵਾਂਗੇ ਜੀ। ਇੱਕ ਚੀਜ਼ ਨਹੀਂ ਬਣਦੀ, ਸਾਰੀਆਂ ਬਣਨਗੀਆਂ ਇਹ। ਬਸ ਆ ਸ਼ੇਪ ਹੀ ਸ਼ੇਪ ਬਣਨਗੇ, ਬਸ ਆ ਸ਼ੇਪ ਹੀ ਸ਼ੇਪ ਬਣੂਗੀ। ਇਹ ਤਾਂ ਅਨਮੋਲ ਦੇ ਮਿੰਟਾਂ ਸਕਿੰਟਾਂ ਦਾ ਕੰਮ ਆ, ਸਾਡਾ ਵੀ ਜੀ ਲੱਗਦਾ। ਸਕਿੰਟਾਂ ਦਾ ਕੰਮ ਨਹੀਂ, ਘੰਟੇ ਦਾ ਕੰਮ ਹੈ। ਇਹ ਘੰਟਿਆਂ ਦਾ ਕੰਮ ਹੈ ਜੀ, ਘੰਟਾ ਬੈਠੇ ਰਹੋਗੇ ਤੁਸੀਂ, ਇਹ ਘੰਟਾ ਦਾ ਕੰਮ ਤਾਂ ਨਹੀਂ ਹੁੰਦਾ। ਹੈ ਰੋਟੀ ਵਾਂਗੂ ਵੇਲੋ। ਅੱਛਾ ਰੋਟੀ ਵਾਂਗੂ, ਹੁਣ ਮੈਂ ਵੇਲਾਂ, ਮੈਂ ਤਾਂ ਸਾਰਾ ਦਿਨ ਰੋਟੀਆਂ ਵੇਲੀ ਜਾਂਦੀ, ਉਧਰੋਂ ਇਹਨੂੰ ਵੇਲ ਦਿਆ। ਲੈ ਵੇਲ ਤਾਂ ਹੁਣ ਲੱਖੀਏ ਇਹਨੂੰ। ਹੁਣ ਇੱਕ ਮਿੰਟ ਇੱਕ ਮਿੰਟ, ਹੁਣ ਇੱਥੋਂ ਬੋਲਿਓ ਰੋਟੀ ਵਾਂਗੂ ਵੇਲੋ, ਐਂ ਐਂ ਕਰਕੇ। ਲਓ ਜੀ ਇਹ ਤਾਂ ਭਾਈ ਕੁਛ ਨਾ ਕੁਛ, ਆਪਾਂ ਤਾਂ ਮੈਂ ਤਾਂ ਕਹਿੰਦੀ ਐਂ ਕਰੀਏ, ਆਹ ਖੜ ਤਾਂ ਸਹੀ, ਇੱਕ ਮਿੰਟ ਮੈਂ ਤੈਨੂੰ ਤਰੀਕਾ ਦੱਸਦੀ ਹਾਂ। ਆਪਾਂ ਇਹਨੂੰ ਉੱਤੇ ਲਾ ਲੈਂਦੇ ਐਂ ਕਰਕੇ। ਅੱਛਾ ਅੱਛਾ, ਹੁਣ ਇਹਨੂੰ ਬੋਇਲ ਦੋ, ਇਹਨੂੰ ਜੋੜ ਦੋ, ਫਿਰ ਐਵੇਂ। ਹਾਂ ਤਰੀਕੇ ਨਾਲ, ਦਿਮਾਗ ਨਾਲ, ਹਨਾ। ਮੈਨੂੰ ਸਮਝ ਆ ਗਈ ਤੁਸੀਂ ਕੀ ਕਰੀ ਜਾਂਦੇ, ਇਹਨੂੰ ਜੋੜ ਕੇ ਫਿਰ ਇਹਨੂੰ ਐਵੇਂ ਬੇਲ ਦੋ। ਇੱਕ ਮਿੰਟ, ਆਪਾਂ ਇਹਨੂੰ ਜੋੜਨਾ ਹੀ ਹੈ, ਆਪਾਂ ਇਹਦੀਆਂ ਟਾਕੀਆਂ ਜੀ ਹੁਣ ਭਰ ਦਿੰਦੇ ਹਾਂ। ਤੂੰ ਦੇਖੀ ਤਾਂ ਸਹੀ, ਤੂੰ ਦੇਖੀ ਸਹੀ, ਅਸੀਂ ਉਦੋਂ ਨਾ ਗਾਰੇ ਦੀਆਂ ਬਣਾਉਂਦੇ ਹੁੰਦੇ ਸੀ, ਸਾਨੂੰ ਕਿਹੜਾ ਗਲੇਲ ਬਣਾ ਕੇ ਦੇਤੀ ਤੇ ਭਾਈ ਉਹ ਕਹਿੰਦੇ ਸਾਡੇ ਬਾਪੂ ਨੇ ਬਣਾਤੀ ਗਲੇਲ, ਤੇ ਕਹਿੰਦਾ ਮਿੱਟੀ ਦੀਆਂ ਵੱਟਤੀਆਂ ਉਹ ਹੁੰਦੀਆਂ ਜਿਹੜੀਆਂ ਗੋਲੀਆਂ ਜਿਹੀਆਂ, ਉਹਦੀਆਂ ਚਲਾਉਂਦੇ ਸੀ ਗਲੇਲ ਨਾਲ, ਤੇ ਉਹ ਮਿੱਟੀ ਦੀਆਂ ਵੱਟ ਕੇ ਦੇ ਦਿੰਦੇ, ਉਹ ਮਿੱਟੀ ਲੈ ਕੇ ਪਾ ਕੇ ਝੋਲਿਆਂ ਦੇ ਵਿੱਚ ਹੀ ਤੁਰੇ ਫਿਰਦੇ ਰਹਿੰਦੇ ਵੀ ਗਲੇਲ ਚਲਾਵਾਂਗੇ, ਗਲੇਲ ਚਲਾਵਾਂਗੇ, ਹਨਾ। ਤੇ ਹੁਣ ਤਾਂ ਭਾਈ ਆਹ ਮੈਨੂੰ ਲੱਗਦਾ ਕੀ ਗਲੇਲ ਹੀ ਹੈ ਕਿ ਗਲੇ ਕੀ ਕਲੇ ਕਲੇ ਸੱਚ ਨਹੀਂ। ਕਦੇ ਕਦੇ ਨਾ ਆਪਾਂ ਨੂੰ ਲੱਗਦਾ ਮਿੱਟੀ ਚ ਕੰਚ ਦੀ ਗਲੀ ਆਂਦੀ ਹੈ, ਆਪਾਂ ਢੂੰਡਦੇ ਹੁੰਦੀ ਹੈ, ਹੁੰਦੀਆਂ ਹੁੰਦੀਆਂ ਨਹੀਂ, ਹਨਾ। ਤੇ ਸਾਨੂੰ ਤਾਂ ਹੀ ਬਰਾ ਦਿੰਦੇ ਉਹ ਲੈ ਕੇ ਨਾ, ਦੇਖੀ ਨਾ ਲੱਕੜ ਦਾ ਕੋਈ ਸਾਖ ਜੀ ਹੁੰਦੀ, ਦੋਨੇ ਪਾਸੇ ਖੁੱਲੀਆਂ ਹੁੰਦੀਆਂ, ਤੇ ਉਹਨਾਂ ਨੂੰ ਉੱਤੇ ਪਾ ਦਿੰਦੇ ਸੀਗੇ ਰਬੜ, ਰਬੜ ਪਾ ਦਿੰਦੇ ਉੱਤੇ, ਤੇ ਬਸ ਉਹ ਗਲੇਲਾ ਲੈ ਕੇ ਫਿਰਦੇ ਰਹਿੰਦੇ। ਆਹ ਤਾਂ ਖੇਡਾਂ ਹੁੰਦੀਆਂ ਸੀ, ਆਹ ਕਿੱਥੇ ਹੁੰਦੀਆਂ ਸੀਗੀਆਂ, ਹੁਣ ਤਾਂ ਇਹਨਾਂ ਦੇ ਨਾਂ ਹੀ ਨਹੀਂ ਆਉਂਦੇ ਹੈਗੇ, ਹੁਣ ਇਹ ਤਾਂ ਬਣਾ ਲਿਆ ਕੋਈ ਮੱਛੀ। ਇਹਨਾਂ ਨਵੀਆਂ ਚੀਜ਼ਾਂ ਇਹ ਬਹੁਤ ਸਾਲ ਪਹਿਲਾਂ ਨਹੀਂ ਹੁੰਦੀ ਸੀ, ਇਹ ਸਾਲ ਹੋ ਗਏ। ਅੱਛਾ ਜਦੋਂ ਦਾ ਤੂੰ ਜੰਮਿਆ ਉਦੋਂ ਦੀਆਂ ਬਣੀਆਂ, ਇਹ ਜਦੋਂ ਦਾ ਅਨਮੋਲ ਜੰਮਿਆ ਜੀ ਉਦੋਂ ਦੀਆਂ ਖੇਡਾਂ ਬਣੀਆਂ ਪਹਿਲਾਂ ਕੋਈ। ਅੱਛਾ ਉਹ ਤਾਂ ਬਾਅਦ ਚ ਬਣੀਆਂ, ਉਦੋਂ ਵੀ ਬਾਅਦ ਚ ਬਣੀਆਂ ਜੀ ਇਹ ਅਨਮੋਲ ਵਾਸਤੇ, ਜਦੋਂ ਮੈਂ 2 ਸਾਲ ਦਾ ਹੋ ਗਿਆ, ਜਦੋਂ ਇਹ 2 ਸਾਲ ਦਾ ਹੋਇਆ ਸੀ ਨਾ ਉਦੋਂ ਬਣੀਆਂ ਨੇ ਇਹ ਗੇਮਾਂ। ਤੇ ਆਹ ਦੇਖੋ ਤੁਸੀਂ, ਆਹ ਦੇਖੋ ਖੇਡਾਂ ਬਣੀਆਂ ਜੀ, ਤੇ ਆਹ ਦੇਖੋ ਜੀ ਤੁਸੀਂ, ਇੱਕ ਮਿੰਟ ਇੱਕ ਮਿੰਟ, ਅੱਜ ਤਾਂ ਅਸੀਂ ਬਣਾ ਕੇ ਹਟਾਂਗੇ, ਭਾਵੇਂ ਇੱਧਰਲਾ ਪਾਸਾ ਇੱਧਰ ਆ ਜਾਏ, ਕੁਛ ਹੋ ਜਾਏ, ਅਸੀਂ ਗੇਮ ਪੂਰੀ ਕਰਕੇ ਹੀ ਹਟਣੀ ਆ। ਤੁਹਾਨੂੰ ਸਾਰਾ ਕੁਛ ਦਿਖਾ, ਬਣਾ ਤਾਂ ਦੇ ਇੱਕ ਅੱਧੀ ਪੀਸ ਤਾਂ ਬਣਾ ਦੇ, ਇੰਨਾ ਚਿਰ ਆਪਾਂ ਨੂੰ ਕੌਣ ਦੇਖੂਗਾ, ਆਪਣੀ ਵੀਡੀਓ ਕੋਈ ਨਹੀਂ ਦੇਖਦਾ ਇੰਨਾ ਚਿਰ। ਆਪਾਂ ਫਟਾਫਟ ਬਣਾ ਕੇ ਦਿਖਾਈਏ, ਅਗਲੇ ਗੁੱਸੇ ਹੋ ਜਾਣਗੇ, ਸਵੇਰ ਨੂੰ ਕਮੈਂਟ ਕਰਨ ਲੱਗ ਜਾਣਗੇ, ਕਹਿਣਗੇ ਤੁਹਾਡਾ ਤਾਂ ਅਨਮੋਲ ਹੀ ਨਹੀਂ ਲੋਟ ਆਉਂਦਾ। ਲੈ ਦੱਸ, ਅੱਛਾ ਐ ਬਣਦਾ ਇਹ, ਇੱਥੋਂ ਫੜ ਕੇ ਐਵੇਂ ਛੱਡਾ ਤੂੰ। ਅੱਛਾ ਠੀਕ ਹੈ ਠੀਕ ਹੈ, ਤੂੰ ਛੱਡ ਦੇ ਛੱਡ ਦੇ ਛੱਡ ਦੇ ਛੱਡ ਦੇ ਛੱਡ ਦੇ
ਛੱਡ ਤੇ ਛੱਡ ਤੇ ਮੈਂ ਬਣਾਉਣੀ ਆ ਖੜ ਜਾ ਤੂੰ ਤੂੰ ਬੋਲ ਨਾ ਮੈਨੂੰ ਵੀ ਆਉਂਦਾ ਮਾੜਾ ਮੋਟਾ ਤਾਂ ਕਰਨਾ ਹਾਂ ਤੁਹਾਨੂੰ ਵੀ ਆਉਂਦਾ ਮੈਂ ਕਰੋ ਕਿ ਤੁਹਾਨੂੰ ਨਹੀਂ ਆਉਂਦਾ ਚੱਕੋ ਜੀ ਇਹ ਹੋ ਗਿਆ ਛੇ ਹੁਣ ਖਾ ਨਹੀਂ ਖਾਂਦੇ ਆਪਾਂ ਚਕਲਾ ਹੀ ਬਦਲ ਦਾਂਗੇ ਆਹ ਬਣ ਗਿਆ ਜੀ ਇੱਕ ਮਿੰਟ ਹੁਣ ਮੈਨੂੰ ਦਿਖਾ ਦੇ ਇੱਕ ਮਿੰਟ ਮੈਨੂੰ ਦਿਖਾ ਦੇ ਆ ਦੇਖ ਜੀ ਆ ਬਣ ਗਿਆ ਦਿਲ ਆਪਣਾ ਇੱਥੇ ਦਿਲ ਲੱਗ ਗਿਆ ਖੱਬੇ ਪਾਸੇ ਹੁੰਦਾ ਸੱਜੇ ਪਾਸੇ ਨਹੀਂ ਹੁੰਦਾ ਹਾਂ ਇੱਥੇ ਆਵੇ ਨਾਨੀ ਸਾਨੂੰ ਨਾ ਸਕੂਲ ਟਾਈਮ ਕਰੇ ਸੀ ਉਹ ਕਿਵੇਂ ਗਾਣਾ ਸੀ ਨਾ ਨਾਨੀ 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 ਜਦੋਂ ਪਤਾ ਨਹੀਂ ਕੀ ਟੁੱਟਿਆ ਪਤਾ ਲੱਗਦਾ ਦਾ ਦਿਲ ਸਾਲਾ ਖੱਬੇ ਪਾਸੇ ਹੁੰਦਾ ਨਾਨੀ 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 ਜਦੋਂ ਟੁੱਟ ਜਾ ਟੁੱਟੇ ਬਾਅਦ ਮੈਡਮ ਨੇ ਸਿਖਾ ਦਿੱਤੀ ਜਿੱਥੇ ਦਿਲ ਹੁੰਦਾ ਨਾ ਐਵੇਂ 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 ਧੜਕਦਾ ਜੀ ਉੱਥੇ ਫਿਰ ਨਾ ਥੋੜਾ ਜਿਹਾ ਦਬ ਦੇ ਦੋ ਆ ਦੇਖੋ ਜੀ ਆ ਬਣਾਤਾ ਜੀ ਦਿਲ ਇੱਕ ਮਿੰਟ ਬਈ ਮੈਨੂੰ ਗੱਲ ਕਰ ਲੈਣ ਦੇ ਹੁਣ ਤੂੰ ਐ ਨਾ ਕਰਿਆ ਕਰ ਆ ਬਣਾਤਾ ਜੀ ਦਿਲ ਤੇ ਇਹ ਕਈਆਂ ਦੇ ਖੱਬੇ ਪਾਸੇ ਨਹੀਂ ਸਾਰਿਆਂ ਦੇ ਖੱਬੇ ਪਾਸੇ ਸਾਡੇ ਅਨਮੋਲ ਦੇ ਸੱਜੇ ਪਾਸੇ ਜੀ ਜੇ ਟੁੱਟੇ ਬਾਅਦ ਪਤਾ ਲੱਗਦਾ ਦਿਲ ਪਤਾ ਨਹੀਂ ਸਾਲਾ ਖੱਬੇ ਪਾਸੇ ਹੁੰਦਾ ਹਨਾ ਤੇ ਇਹ ਹੁਣ ਸਾਨੂੰ ਪਤਾ ਲੱਗਿਆ ਜੀ ਵੀ ਦਿਲ ਇਹ ਖੱਬੇ ਪਾਸੇ ਆ ਆਹ ਦੇਖੋ ਤੁਸੀਂ ਤੁਹਾਨੂੰ ਇਹ ਦਿਲ ਕਿਵੇਂ ਲੱਗਿਆ ਜੀ ਇਹ ਤੁਹਾਡੇ ਵਾਸਤੇ ਦਿਲ ਬਣਾਇਆ ਹੈਗਾ ਤੇ ਭਾਈ ਤੁਸੀਂ ਇਸੇ ਦਿਲ ਨਾਲ ਸਾਨੂੰ ਬੜਾ ਬੜਾ ਪਿਆਰ ਕਰਨਾ ਮਿੱਠਾ ਮਿੱਠਾ ਤੇ ਸਾਰਿਆਂ ਨੂੰ ਲਵ ਜੂਗਾ ਸਾਡੇ ਵੱਲੋਂ ਕਹਿੰਦੇ ਸਾਰਿਆਂ ਨੂੰ ਲਵ ਜੂਗਾ ਸਾਡੇ ਵੱਲੋਂ ਆਹ ਲਵ ਜੂ ਹੀ ਹੈ ਜੀ ਆਹ ਲਵ ਜੂ ਅਨਮੋਲ ਨਾਨੀ ਨਾਨੀ ਇੱਕ ਗੱਲ ਕਰ ਲੈਣ ਕਮੈਂਟ ਤੇ ਲਿਖਿਆ ਕੀ ਨਾ ਦਿਲ ਕਿਹੜੇ ਪਾਸੇ ਹੁੰਦਾ ਉਹ ਤਾਂ ਆਪੇ ਦੱਸ ਹੀ ਦਿੱਤਾ ਕੁਝ ਹੋ ਨਹੀਂ ਗੱਲ ਨਹੀਂ ਗੱਲ ਨਹੀਂ ਗੱਲ ਐਵੇਂ ਕਮੈਂਟ ਤੇ ਐਵੇਂ ਦੱਸੋ ਕੀ ਇਹ ਦਿਲ ਕਿਵੇਂ ਬਣਿਆ ਨਹੀਂ 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 ਐਵੇਂ ਕਮੈਂਟ ਤੇ ਐਵੇਂ ਦੱਸੋ ਕਿ ਇਹ ਕਲਿੱਪ ਕਿਵੇਂ ਬਣੀ ਹੈ ਹਾਂਜੀ ਸੱਚ ਹਾਂ ਹਾਂ ਭਾਈ ਜਿਹੜੀ ਮੇਨ ਗੱਲ ਮੇਰਾ ਤਾਂ ਦਿਮਾਗ ਨਹੀਂ ਕੰਮ ਕਰਦਾ ਇਹਨਾਂ ਤੁਸੀਂ ਸਾਨੂੰ ਕਮੈਂਟ ਦੇ ਵਿੱਚ ਦੱਸੋ ਵੀ ਇਹ ਕਲੇ ਕਿਹਨੇ ਬਣਾਈ ਸੀ ਕਿਵੇਂ ਬਣੀ ਹੈ ਕਿਹੜੇ ਬੰਦੇ ਨੇ ਬਣਾਈ ਸੀ ਕਿਵੇਂ ਬਣੀ ਹੈ ਤੇ ਇਹ ਇਹ ਆਏ ਕਿਵੇਂ ਹੋ ਜਾਂਦੀ ਹੈ ਵੀ ਸਾਰਾ ਕੁਝ ਬਣਾ ਲਓ ਫਿਰ ਢਾ ਲਓ ਜਿਵੇਂ ਗਾਰੇ ਦੇ ਡਲੇ ਬਣਾਈ ਦੇ ਆਪਾਂ ਕਿਹੜੇ ਜਿਵੇਂ ਹਾਂ ਦੇਖ ਕੇ ਦੱਸ ਦਿਓ ਜੀ ਆਹ ਲਓ ਜੀ ਦਿਲ ਸਾਰਿਆਂ ਨੂੰ ਬਹੁਤ ਬਹੁਤ ਲਵ ਜੂ ਬਾਏ ਬਾਏ ਕਰਦੇ ਹੁਣ ਬਾਏ ਬਾਏ ਕਰ ਤੂੰ ਐਂ ਕਰ ਬਾਏ ਬਾਏ ਕਰਦੇ ਬਾਏ ਬਾਏ।